एसटीएफ लुधियाना रेंज के इंस्पैक्टर हरवंत सिंह की अगवाई वाली पुलिस पार्टी ने पिंड कटाणी कला तो मोटरसाइकिल सवार दो नशा तस्करों को काबू करके उन्हां कोलों 210 ग्राम हेरोइन बरामद करने में वड्डी सफलता हासिल की है। कल मैं अते मेरी अपने पुलिस पार्टी के नाल कटाणा साहब जिहड़ा पुल दे कोले मौजूद सीगा उत्थे सानू मुखरी मिली कि हरमनजीत सिंह जिहड़ा वासी पिंड कुब्बे अते जसप्रीत सिंह जस वासी पिंड लोको ਜਿਹੜੇ ਥਾਣੇ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਏਰੀਏ ਦੇ ਰਹਿਣ ਵਾਲੇ ਨੇ ਇਹ ਅਤੇ ਘੁਆੜਾ ਰੋਡ 'ਤੇ ਇਹ ਇੱਕ ਫੈਕਟਰੀ ਆ ਉੱਥੇ ਪੱਲੇਦਾਰੀ ਦਾ ਜਿਹੜਾ ਇਹ ਕੰਮ ਕਰਦੇ ਨੇ ਜਿਹੜੇ ਇਹ ਦੋਹੇ ਕਰੀਬ 2 ਸਾਲ ਤੋਂ ਰਲ ਕੇ ਜਿਹੜਾ ਇਹ ਸਮੈਕ ਦਾ ਨਜਾਇਜ਼ ਦਾ ਕਰਦੇ ਆ ਰਹੇ ਨੇ ਅਤੇ ਇਹਨਾਂ ਨੂੰ ਮੁਖਰੀ ਦੇ ਆਧਾਰ 'ਤੇ ਇਹਨਾਂ ਤੋਂ ਕਾਬੂ ਕਰਕੇ ਜਿਹੜੀ 210 ਗ੍ਰਾਮ ਜਿਹੜੀ ਸਮੈਕ ਆ ਇਹਨਾਂ ਦੇ ਮੋਟਰਸਾਈਕਲ ਦੇ ਵਿੱਚੋਂ ਸੀਟ ਥੱਲੋਂ ਜਿਹੜੀ ਇਹਨਾਂ ਨੂੰ ਲਿਫਾਫ ਪਾ ਕੇ ਰੱਖੀ ਸੀ ਉਹ ਬਰਾਮਦ ਕੀਤੀ ਗਈ ਇਹਨਾਂ ਨੂੰ ਅਤੇ ਇਹਨਾਂ ਦੇ ਖਿਲਾਫ਼ ਆ ਜਿਹੜਾ ਥਾਣਾ ਪੂਨ ਕਲਾਂ ਵਿਖੇ ਜਿਹੜਾ ਮੁਕੱਦਮਾ ਦਰਜ ਕਰਾ ਕੇ ਅੱਜ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਇੱਕ ਦਿਨ ਦਾ ਜਿਹੜਾ ਪੁਲਿਸ ਰਿਮਾਂਡ ਆ ਉਹ ਹਾਸਲ ਕੀਤਾ ਗਿਆ ਹੈ। ਕੋਈ ਇਹਨਾਂ ਦੇ ਥਾਣੇ ਦੀ ਅਜੇ ਪੁੱਛਗਿੱਛ ਮੁਤਾਬਕ ਅਜੇ ਕੋਈ ਨਹੀਂ ਸਾਹਮਣੇ ਆਇਆ ਅਤੇ ਬਾਕੀ ਇਹਨਾਂ ਦੇ ਥਾਣੇ ਤੋਂ ਜਿਹੜਾ ਰਿਕਾਰਡ ਦਾ ਪਤਾ ਕਰਾ ਕੇ ਕਰਾਇਆ ਜਾਊਗਾ ਕਿ ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਇਹਨਾਂ ਨਸ਼ਾ ਤਸਕਰੀ ਦੇ ਕਿੰਨੇ ਮੁਕਦਮੇ ਦਰਜ ਨੇ ਕਰੀਬ ਪੁੱਛਗਿੱਛ ਦੌਰਾਨ ਇਹ ਤੋਂ ਕਰੀਬ 2 ਸਾਲ ਤੋਂ ਜਿਹੜੇ ਇਹ ਕੰਮ ਕਰਦੇ ਨੇ ਖੁਦ ਵੀ ਨਸ਼ੇ ਦੇ ਆਦੀ ਅਤੇ ਦੋਵੇਂ ਬੰਦੇ ਨੇ ਜਿਹੜੇ ਦੋਹੇ ਨਸ਼ੇ ਦਾ ਆਦੀ ਮਿਆਦ ਜੀ।